ਸემი ਆਮੂ ਕੜਜ਼ੀ ਅਤੇ ਕੌਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਇਤਕਾਲ ਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਇਸ ਪ੍ਰੋਗਰਾਮ ਚ ਆਪ ਸਭ ਦਾ ਨਿਗਾ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਹੈ ਗੇਟਵੇ ਪੀਜ਼ਾ ਐਂਡ ਸਵੀਟਸ ਦਾ ਐਮਪਾਇਰ ਬੈਂਕਟ ਹਾਲ ਅਤੇ ਇੱਕਵੇਂ ਟਰਾਂਸਪੋਰਟ ਲਿਮਟਿਡ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਅਮਰੀਕਾ ਦੇ ਵਿੱਚ ਨਿਊਯਾਰਕ ਸ਼ਹਿਰ 'ਚ ਹੋਏ ਇੱਕ ਪੰਜਾਬੀ ਦੇ ਕਤਲ ਦੀ। ਬੀਸੀ ਦੇ ਵਿੱਚ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਪੁਲਿਸ ਜੁਰਮਾਨੇ ਕਰ ਰਹੀ ਆ। ਆ ਕਿਉਂ ਕਰ ਰਹੀ ਆ ਇਹਦੇ ਨਾਲ ਇਹਦੇ ਬਾਰੇ ਚਰਚਾ ਕਰਾਂਗੇ। ਭਾਰਤ ਦੇ ਵਿੱਚ ਹਾਲਾਤ ਇਸ ਵੇਲੇ ਐਮਰਜੈਂਸੀ ਨਾਲੋਂ ਵੀ ਬਦਤਰ ਬਣ ਗਏ ਆ। ਪੱਤਰਕਾਰ, ਬੁੱਧੀਜੀਵੀ ਜੋ ਵੀ ਸਰਕਾਰ ਦੇ ਬੋਲਦੇ ਆ ਉਲਟ ਜਾਂ ਕੋਈ ਗੱਲ ਕੱਢ ਕੇ ਬਾਹਰ ਲਿਆਉਂਦੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਨਾਂਵਰ ਪੰਜਾਬੀ ਕਾਮੇਡੀਅਨ ਪ੍ਰੋਫੈਸਰ ਸੁਰਿੰਦਰ ਸ਼ਰਮਾ ਸਾਡੇ ਵਿਚਕਾਰ ਨਹੀਂ ਰਹੇ। ਇਸ ਨਾਲ ਹੀ ਗੱਲ ਕਰਾਂਗੇ ਸਰنگਰੂਰ ਦੀ ਸਦਾਸ਼ੀਵੀ ਸਿੰਘ ਮਾਨ ਹੋਣਾਂ ਦੀ ਜਿੱਤ ਦੀ ਕੀ ਕਾਰਨ ਬਣਿਆ ਤੇ ਜਿਹੜਾ ਉਹਨਾਂ ਦੇ ਕਿਰਪਾਨ ਬਾਰੇ ਮਸਲਾ ਚੱਲਦਾ ਰਹਿੰਦਾ ਉਹਦੇ ਪਿੱਛੇ ਤੱਤ ਕੀ ਆ ਤੇ ਅਖੀਰ ਵਿੱਚ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੇ ਬਜਟ ਦੀ ਜਿਹਦੇ ਵਿੱਚ ਰਾਜਸਥਾਨ ਨੂੰ ਜਾਂਦੀ ਨਹਿਰ ਪੱਕੀ ਕਰਨ ਦੇ ਵਾਸਤੇ ਕਰੋੜਾਂ ਰੁਪਏ ਖਰਚਣ ਦੀ ਗੱਲ ਆਖੀ ਗਈ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਮੁੜਦੇ ਹਾਂ ਪ੍ਰੋਗਰਾਮ ਦਾ ਸਵਾਗਤ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅਮਰੀਕਾ ਤੋਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਕੁਇਨਜ਼ ਇਲਾਕੇ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਹੱਤਿਆ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਜੀ 31 ਸਾਲਾਂ ਦਾ ਸਤਨਾਮ ਸਿੰਘ ਉਹਦੀ ਲਾਸ਼ ਜਿਹੜੀ ਹੈ ਸਨੇਚਰਵਾਰ ਨੂੰ ਤਕਰੀਬਨ ਸ਼ਾਮ ਨੂੰ ਇੱਕ ਕਾਲੇ ਰੰਗ ਦੀ ਜੀਪ ਰੈਂਗਲਰ ਦੇ ਵਿੱਚੋਂ ਮਿਲੀ ਹੈ ਜਿਹੜੀ ਕਿ ਪਾਰਕ ਕੀਤੀ ਹੋਈ ਖੜੀ ਸੀ ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਆ ਕਿ ਜਿਹੜੇ ਹਮਲਾਵਰ ਆ ਉਹ ਕਿਸ ਮਕਸਦ ਦੇ ਨਾਲ ਸਤਨਾਮ ਸਿੰਘ ਨੂੰ ਕਤਲ ਕਰਕੇ ਗਏ ਆ ਕਿਉਂਕਿ ਨਿਊਯਾਰਕ ਦੇ ਵਿੱਚ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਸਿੱਖਾਂ ਦੇ ਉੱਤੇ ਕਾਫੀ ਜਾਨੀ ਹਮਲੇ ਜਿਹੜੇ ਆ ਹੋਏ ਆ ਸੋ ਪੁਲਿਸ ਕਈ ਐਂਗਲਸ ਤੋਂ ਇਹਦੀ ਪੜਤਾਲ ਜਿਹੜੀ ਆ ਕਰ ਰਹੀ ਆ ਕੁਝ ਸਿਕਿਉਰਿਟੀ ਕੈਮਰੇ ਜਿਹੜੇ ਉੱਤੇ ਚੈੱਕ ਕੀਤੇ ਗਏ ਉਹਨਾਂ ਵਿੱਚ ਦੱਸਿਆ ਗਿਆ ਚਸ਼ਮਦੀਤ ਗਵਾਹਾਂ ਵੱਲੋਂ ਕਿ ਹਮਲਾਵਰ ਜਿਹੜੇ ਗੱਡੀ ਵਿੱਚ ਆਏ ਆ ਉਹਨਾਂ ਨੇ ਯੂ ਟਰਨ ਮਾਰੀ ਆ ਤੇ ਉਸ ਤੋਂ ਬਾਅਦ ਉਹ ਗੋਲੀ ਮਾਰ ਕੇ ਫਰਾਰ ਹੋ ਗਏ ਹੁਣ ਇਸ ਕਾਲ ਦੇ ਵਿੱਚ ਵੀ ਦੋ ਰਾਵਾਂ ਨੇ ਕਿ ਜਿਹੜੇ ਹਮਲਾਵਰ ਸੀਗੇ ਉਹ ਸੁਤਨਾਮ ਸਿੰਘ ਨੂੰ ਹੀ ਕਤਲ ਕਰਨ ਆਏ ਸੀ ਜਾਂ ਜੋ ਗੱਡੀ ਦਾ ਮਾਲਕ ਸੀਗਾ ਉਹਨੂੰ ਕਤਲ ਕਰਨ ਆਏ ਸੀ ਅਲੀ ਨਿਊਯਾਰਕ ਦੀ ਪੁਲਿਸ ਜਾਂ ਦੇ ਖੋਜੀ ਵਿਭਾਗ ਡਿਟੈਕਟਿਵਸ ਜਿਹੜੇ ਆ ਉਹ ਇਸ ਗੱਲ ਦੀ ਜਾਂਚ ਕਰ ਰਹੇ ਆ ਕਿ ਇਹ ਕੋਈ ਜਿਹੜਾ ਆ ਦੇਸ਼ਤੀ ਹਮਲਾ ਆ ਕੋਈ ਨਸਲੀ ਹਮਲਾ ਆ ਜਾਂ ਕਿ ਇਹ ਕੋਈ ਰੈਂਡਮ ਜਿਹੜਾ ਆ ਆਮ ਤੌਰ ਦੇ ਉੱਤੇ ਕੀਤਾ ਜਾਂਦਾ ਕੋਈ ਹਮਲਾ ਆ ਕੋਈ ਮੋਟਿਵ ਆ ਸੋ ਇਸ ਗੱਲ ਦੀ ਬੜੀ ਜਾਨਕਿ ਜ਼ੋਰ ਲਾ ਕੇ ਜਾਂਚ ਕੀਤੀ ਜਾ ਰਹੀ ਆ ਇਸ ਨਾਲ ਹੀ ਆਪਾਂ ਗੱਲ BC ਦੀ ਕਰਨੀ ਆ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਸੂਬਾ ਹੈ ਇੱਥੇ ਸਿੱਖਾਂ ਨੂੰ ਕਿਛੋੜ ਮਿਲੀ ਹੋਈ ਆ ਕਿ ਜਿਹੜੇ ਆ ਸਿੱਖਿਆ ਉਹਨਾਂ ਨੂੰ ਹੈਲਮਟ ਪਹਿਨਣ ਦੀ ਲੋੜ ਨਹੀਂ ਜਿਹੜੇ ਸਾਬ ਸੂਰਤ ਸਿੱਖਿਆ ਉਹ ਬਿਨਾ ਹੈਲਮਟ ਪਹਿਨਣ ਤੋਂ ਦਸਤਾਰ ਸਜਾ ਕੇ ਮੋਟਰਸਾਈਕਲ ਚਲਾ ਸਕਦੇ ਆ ਹੁਣ ਕੀ ਹੋਇਆ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਕੁਝ ਮੋਟਰਸਾਈਕਲ ਸਵਾਰਾਂ ਨੂੰ ਟਿਕਟਾਂ ਮਿਲੀਆਂ ਇਹ ਮੋਟਰਸਾਈਕਲ ਸਵਾਰ ਜਿਹੜੇ ਕਿ ਦਸਤਾਰ ਸਜਾਉਂਦੇ ਆ ਉਹਨਾਂ ਨੂੰ ਜਿਹੜੀ ਟਿਕਟ ਮਿਲੀ ਉਹਦੇ ਤੇ ਲਿਖਿਆ ਗਿਆ ਕਿ ਤੁਸੀਂ ਹੈਲਮਟ ਨਹੀਂ ਪਾਇਆ ਹੋਇਆ ਸੋ ਇਸ ਕੱਲ ਨੂੰ ਲੈ ਕੇ ਹੁਣ ਜਦੋਂ ਗੱਲਬਾਤ ਕੱਢੀ ਗਈ ਆ ਪਤਾ ਲੱਗਿਆ ਤੇ ਜਿਹੜਾ ਕਾਨੂੰਨ ਹੈਗਾ ਬੀਸੀ ਸਰਕਾਰ ਦਾ ਉਹ ਇਹ ਕਹਿੰਦਾ ਕਿ ਸਾਬਤ ਸੂਰਤ ਵਿਅਕਤੀ ਹੋਣਾ ਚਾਹੀਦਾ ਆ ਸਾਬਤ ਸੂਰਤ ਸਿੱਖ ਹੋਣਾ ਚਾਹੀਦਾ ਆ ਤੇ ਜੇਕਰ ਉਹ ਦਸਤਾਰ ਸਜਾਉਂਦਾ ਆ ਤਾਂ ਫਿਰ ਉਹਨੂੰ ਟੈਗ ਜਿਹੜੀ ਇਹ ਨਹੀਂ ਮਿਲੂਗੀ ਉਹਨੂੰ ਹੈਲਮਟ ਤੋਂ ਸ਼ੂਟ ਹੈਗੀ ਆ ਪਰ ਦੇਖਣ ਵਿੱਚ ਆਇਆ ਕਿ ਬਹੁਤ ਸਾਰੇ ਇਥੇ ਮੋਟਰਸਾਈਕਲ ਸਵਾਰ ਜਿਹੜੇ ਆ ਦਸਤਾਰ ਸਜਾਉਂਦੇ ਆ ਕਈਆਂ ਦੇ ਸਿਰ ਦੇ ਕੇਸ ਵੀ ਕਟਾਏ ਹੋਏ ਆ ਦਾੜੀ ਵੀ ਕਟਾਈ ਹੋਈ ਆ ਕਈ ਅਜਿਹੇ ਆ ਜਿਹਨਾਂ ਦੇ ਸਿਰ ਦੇ ਕੇਸ ਰੱਖੇ ਹੋਏ ਆ ਪਰ ਦਾੜੀ ਕੱਲੀ ਕੱਟਦੇ ਆ ਉਹ ਦੋਹਾਂ ਨੂੰ ਟਿਕਟਾਂ ਜਿਹੜੀਆਂ ਆ ਮਿਲ ਰਹੀਆਂ ਆ ਸੋ ਕਾਨੂੰਨ ਦੇ ਮੁਤਾਬਕ ਜਿਹੜਾ 1999 ਦੇ ਵਿੱਚ ਬਣਾਇਆ ਗਿਆ ਸੀਗਾ ਕਲੀਅਰਲੀ ਗੱਲ ਲਿਖੀ ਆ ਆ ਕਿ ਜਿਹੜਾ ਵਿਅਕਤੀ ਵਾਲ ਨਾ ਕਟਾਉਂਦਾ ਹੋਵੇ ਉਹਨੂੰ ਸ਼ੂਟ ਹੈਗੀ ਆ ਸੋ ਹੁਣ ਕਈ ਅਜੇ ਭਲੇਖੇ ਵਿੱਚ ਸਾਡਾ ਖਬਰ ਦੇਣ ਦਾ ਮਕਸਦ ਇਹ ਨਹੀਂ ਕਿ ਇਹ ਕਾਨੂੰਨ ਕੀ ਆ ਜਾਂ ਸਿੱਖ ਦੀ ਪਰਿਭਾਸ਼ਾ ਕੀ ਆ ਅਸਲ ਦੇ ਵਿੱਚ ਜਿਹੜੀ ਗੱਲ ਆ ਸੀ ਦੱਸਣਾ ਚਾਹੁੰਦੇ ਆ ਕਿ ਉਹ ਲੋਕ ਜਿਹੜੇ ਕਿ ਦਾੜੀ ਕਟਾਉਂਦੇ ਆ ਜਾਂ ਜਿਨ੍ਹਾਂ ਨੇ ਵਾਲ ਕਟਾਏ ਹੋਏ ਆ ਦਸਤਾਰ ਬੰਨ ਕੇ ਮੋਟਰਸਾਈਕਲ ਚਲਾਉਣਾ ਆਪਣਾ ਹੱਕ ਸਮਝਦੇ ਆ ਉਹਨਾਂ ਨੂੰ ਇਹ ਚੇਤਾਵਨੀ ਆ ਕਿ ਉਹਨਾਂ ਨੂੰ ਟਿਕਟ ਜਿਹੜੀ ਆ ਪੁਲਿਸ ਦੇ ਸਕਦੀ ਆ ਅਨਲੈਸ ਉਹ ਕੋਈ ਦੇ ਵਾਸਤੇ ਕਾਨੂੰਨੀ ਫਾਈਟ ਕਰਨ ਜਾਂ ਕੋਈ ਹੋਰ ਮਸਲਾ ਜਿਹੜਾ ਕਿਤੇ ਚੱਕਣ ਪਰ ਇਹ ਗੱਲ ਸਹੀ ਆ ਕਿ ਲੋਕਾਂ ਨੂੰ ਟਿਕਟਾਂ ਜਿਹੜੀਆਂ ਸਰਕਾਰ ਨੇ ਮਿਲ ਰਹੀਆਂ ਐ ਇਸੇ ਨਾਲ ਆਪਾਂ ਗੱਲਬਾਤ ਕਰਨੀ ਆ ਭਾਰਤ ਦੀ ਪਾਰ ਦੇ ਵਿੱਚ ਕਾਣਾ ਲਾਨੇ ਐਮਰਜੈਂਸੀ ਲੱਗੀ ਹੋਈ ਆ ਜਿਹੜੀ ਕਿ ਗਾਂ ਦੀ ਗਾਂ ਵਧਦੀ ਜਾ ਰਹੀ ਆ ਆ ਬੋਲਣ ਵਾਲੀਆਂ ਆਵਾਜ਼ਾਂ ਲੋਕ ਆਵਾਜ਼ਾਂ ਜਿਹੜੀਆਂ ਆ ਉਹ ਬੰਦ ਕੀਤੀਆਂ ਜਾ ਰਹੀਆਂ ਚਾਹੇ ਉਹ ਪੰਜਾਬ ਦੀਆਂ ਹੋਣ ਸੈਂਟਰਲ ਇੰਡੀਆ ਦੀਆਂ ਹੋਣ ਜਾਂ ਦੱਖਣ ਭਾਰਤ ਦੀਆਂ ਹੋਣ ਆ ਜਿਹੜੇ ਲੋਕ ਆਪਣੀ ਆਜ਼ਾਦੀ ਮੰਗਦੇ ਆ ਉਹਨਾਂ ਦੇ ਉੱਤੇ ਤਾਂ ਪਹਿਲਾਂ ਤੋਂ ਸ਼ਿਕੰਜਾ ਬੜਾ ਬਹੁਤ ਕੱਸਿਆ ਹੋਇਆ ਪਰ ਜਿਹੜੇ ਲੋਕ ਸਰਕਾਰ ਦੇ ਉਲਟ ਬੋਲਦੇ ਸੀਗੇ ਜਾਂ ਕੋਈ ਸਹੀ ਗੱਲ ਵੀ ਕਰਦੇ ਸੀਗੇ ਉਹਨਾਂ ਦਾ ਹਜੇ ਬਚਾਅ ਸੀਗਾ ਪਰ ਹੁਣ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਅਲਟ ਨਿਊਜ਼ ਚਲਾਉਂਦੇ ਪ੍ਰਸਿੱਧ ਪੱਤਰਕਾਰ ਮੁਹੰਮਦ ਜ਼ਬੀਰ ਅਜਿਨਾਂ ਨੇ ਬੀਤੀ ਦਿਨੀ ਇਹ ਖਬਰ ਬਾਹਰ ਕੱਢ ਕੇ ਲਿਆਂਦੀ ਸੀ ਕਿ ਭਾਜਪਾ ਦੇ ਆਗੂ ਨੂਪਰ ਸ਼ਰਮਾ ਨਵੀਨ ਜੰਦਲ ਨੇ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਾਨ ਦੇ ਉਲਟ ਲਫ਼ਜ਼ ਬੋਲੇ ਆ ਜਿਸ ਕਾਰਨ ਸਮੁੱਚੇ ਮੁਸਲਿਮ ਜਗਤ ਦੇ ਵਿੱਚ ਭਾਰਤ ਦੀ ਤੋਹਤ ਹੋਈ ਉਹਨਾਂ ਨੂੰ ਮਾਫੀ ਮੰਗਣ ਲਈ ਕਿਹਾ ਗਿਆ ਕਾਫੀ ਮਾਮਲਾ ਗਰਮਾ ਗਿਆ ਸੀਗਾ ਹੁਣ ਨੂਪਰ ਸ਼ਰਮਾ ਅਰਗ ਨੂੰ ਤਰੀਕਸਤਾਰ ਕੀਤਾ ਗਿਆ ਜਿਨ੍ਹਾਂ ਨੇ ਇਹ ਲਫਜ਼ ਗਲਤ ਵਰਤੇ ਸੀਗੇ ਉਲਟਾ ਮੁਹੰਮਦ ਜ਼ਬੀਰ ਨੂੰ ਧਾਰਮਿਕ ਭਾਵਨਾਵਾਂ ਮਾੜਕਾਉਣ ਦੇ ਕੇਸ ਵਿੱਚ ਅੱਜ ਗ੍ਰਿਫਤਾਰ ਕਰ ਲਿਆ ਗਿਆ ਜੀ ਇਸ ਤੋਂ ਪਹਿਲਾਂ ਪੱਤਰਕਾਰ ਰਾਣਾ ਈਯੂਬ ਦੇ ਨਾਲ ਅਜਿਹਾ ਬਹੁਤ ਵਾਰੀ ਹੋ ਚੁੱਕਾ ਹੋਰ ਵੀ ਬਹੁਤ ਆਂ ਆਪਾਂ ਦੇਖ ਚੁੱਕੇ ਹਾਂ ਕਿ ਧੱਕੇਸ਼ਾਹੀ ਹੁੰਦੀ ਆ ਲੋਕਾਂ ਦੀ ਆਵਾਜ਼ ਬਣਦੀ ਬੁੱਧੀਜੀਵੀ ਤੀਸਤਾ ਸੀ ਤਲਵਾੜ ਉਹਨਾਂ ਨੂੰ ਗ੍ਰਸਤਾਰ ਕੀਤਾ ਗਿਆ ਆ ਇਸ ਦੇ ਨਾਲ ਕੁਝ ਹੋਰ ਭਾਰਤ ਦੇ ਬੁੱਧੀਜੀਵੀ ਜਿਹੜੇ ਅਕਸਰ ਲੋਕਾਂ ਦੀ ਆਵਾਜ਼ ਬਣਦੇ ਆ ਉਹਨਾਂ ਦੀਆਂ ਆਵਾਜ਼ਾਂ ਵੀ ਚੁੱਪ ਕਰਾਈਆਂ ਜਾ ਰਹੀਆਂ ਸੋਸ਼ਲ ਮੀਡੀਆ ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਸਿੱਖ ਪ੍ਰੈਸ ਜਕਾਰਾ ਮੂਵਮੈਂਟ ਇਹਨਾਂ ਦੇ ਪੇਜ ਜਿਹੜੇ ਆ ਪਹਿਲਾਂ ਹੀ ਭਾਰਤ ਵਿੱਚ ਬੰਦ ਕੀਤੇ ਜਾ ਚੁੱਕੇ ਆ ਜਿਹੜੇ ਕਿ ਸਿੱਖਾਂ ਦੀ ਗੱਲ ਕਰਦੇ ਆ ਇਸ ਦੇ ਨਾਲ ਹੀ ਹੁਣ ਟਰੈਕਟਰ ਟੂ ਟਵਿੱਟਰ ਤੇ ਕਿਸਾਨ ਏਕਤਾ ਮੋਰਚਾ ਜਿਨ੍ਹਾਂ ਨੇ ਕਿ ਕਿਸਾਨ ਇਕਤ ਅੰਦੋਲਨ ਦੇ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੇ ਵਾਸਤੇ ਬੜੀ ਵੱਡੀ ਭੂਮਿਕਾ ਨਿਭਾਈ ਸੀ ਉਹਨਾਂ ਦੇ ਟਵਿੱਟਰ ਹੈਂਡਲ ਵੀ ਭਾਰਤ ਦੇ ਵਿੱਚ ਬੈਨ ਕਰ ਦਿੱਤੇ ਗਏ ਆ ਸੋ ਇਹ ਇੱਕ ਬਹੁਤ ਵੱਡੀ ਜਿਹੜੀ ਐਮਰਜੈਂਸੀ ਵਾਲੀ ਗੱਲ ਹੈਗੀ ਆ ਕਿ ਐਮਰਜੈਂਸੀ ਦੇ ਵਿੱਚ ਅਜਿਹਾ ਕੀਤਾ ਗਿਆ ਸਿਕਾ ਤੇ ਹੁਣ ਫੇਰ ਉਹੀ ਤਰ੍ਹਾਂ ਕੁਝ ਹੋ ਰਿਹਾ ਆ ਅਸਲ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਕਿ ਤਨਾ ਕਿਤੇ ਜਾ ਕੇ ਤਾਂ ਕੋਈ ਲਿਮਟ ਹੁੰਦੀ ਹੈ ਜਿੱਥੇ ਜਾ ਕੇ ਸਰਕਾਰਾਂ ਖੜ ਜਾਂਦੀਆਂ ਵੀ ਹੁਣ ਇਦੋਂ ਵੱਧ ਠੱਕਾ ਨਹੀਂ ਕਰਨਾ ਜਾਂ ਇਦੋਂ ਵੱਧ ਲੋਕਾਂ ਦੀ ਆਵਾਜ਼ ਬੁਲੰਦ ਨਹੀਂ ਕਰਨੀ ਪਰ ਜਿਹੜੀ ਮੌਜੂਦਾ ਸਰਕਾਰ ਆ ਉਹ ਠੱਕਾ ਕਰਨ ਦੀਆਂ ਸਾਰੀਆਂ ਹੱਦਾਂ ਜਿਹੜੀਆਂ ਪਾਰ ਕਰ ਰਹੀ ਹੈ ਲੋਕਾਂ ਦੀਆਂ ਆਵਾਜ਼ਾਂ ਜਿਹੜੀਆਂ ਆ ਬੰਦ ਕੀਤੀਆਂ ਜਾ ਰਹੀਆਂ ਆ ਸੋ ਇਹਦੇ ਵਿੱਚ ਕੀ ਹੁੰਦਾ ਕਿ ਲੋਕ ਆੜੜ ਹੋ ਕੇ ਕੁੱਟ ਖਾਂਦੇ ਆ ਆੜੜ ਹੋ ਕੇ ਆਪਣੀਆਂ ਆਵਾਜ਼ਾਂ ਜਿਹੜੀਆਂ ਬੰਦ ਕਰਵਾਏ ਆ ਪਰ ਉਹ ਸਾਂਝਾ ਸੰਘਰਸ਼ ਕੋਈ ਨਹੀਂ ਕਰਦੇ ਚਾਹੇ ਵਾਦਵਾਸੀ ਆ ਮਾਓਵਾਦੀ ਆ ਸਿੱਖ ਆ ਕਸ਼ਮੀਰੀ ਆ ਆ ਭਾਰਤ ਦੇ ਵਿੱਚ ਹੋਰ ਜਿਹੜੇ ਲੋਕ ਆ ਆਵਾਜ਼ਾਂ ਬੁਲੰਦ ਕਰਦੇ ਚਾਹੇ ਉਹ ਭਾਰਤ ਦੇ ਬੁੱਧੀਜੀਵੀ ਆ ਚਾਹੇ ਉਹ ਪੱਤਰਕਾਰ ਆ ਉਹ ਜੇਕਰ ਇਕੱਠੇ ਕੋਈ ਲੜਾਈ ਵਧਣ ਤਾਂ ਸਰਕਾਰਾਂ ਦੇ ਕੰਨਾਂ ਦੇ ਉੱਤੇ ਅਸਰ ਹੋ ਸਕਦਾ ਆ ਵਰਨਾ ਕੱਲੇ-ਕੱਲੇ ਨੂੰ ਚੁੱਪ ਕਰਵਾਇਆ ਜਾ ਰਿਹਾ ਜੀ ਇਸੇ ਨਾਲ ਹੀ ਆਪਾਂ ਗੱਲਬਾਤ ਕਰਨੀ ਆ ਪੰਜਾਬ ਦੇ ਇੱਕ सपूत ਦੀ ਪੰਜਾਬੀ ਫਿਲਮਾਂ ਦੇ ਨਾਮ ਵਰ ਕਮੀਡੀਅਨ ਤੇ ਪ੍ਰੋਫੈਸਰ ਡਾਕਟਰ ਸੁਰਿੰਦਰ ਸ਼ਰਮਾ ਸਾਡੇ ਵਿਚਕਾਰ ਨਹੀਂ ਰਹੇ ਅੱਜ ਨਾਲ ਲੋਕਾਂ ਨੇ ਪੁਰਾਣੀਆਂ ਫਿਲਮਾਂ ਦੇਖੀਆਂ ਹੋਈਆਂ ਵਰਿੰਦਰ ਹੁਣਾਂ ਦੀਆਂ ਲੈਜੈਂਡ ਹੋਇਆ ਪੰਜਾਬ ਦੇ ਵਰਿੰਦਰ ਗੁੱਗੂ ਗਿੱਲ ਅਯੋਗ ਰਾਜ ਸਿੰਘ ਉਹਨਾਂ ਦੇ ਨਾਲ ਅਕਸਰ ਫਿਲਮਾਂ ਦੇ ਵਿੱਚ ਕਮੇਡੀਅਨ ਦਾ ਰੋਲ ਜਿਹੜੇ ਨਿਭਾਉਂਦੇ ਸੀ ਪ੍ਰੋਫੈਸਰ ਸ੍ਰਿੰਦਰ ਸ਼ਰਮਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਸੀਗੇ ਉਹ ਨਾਲ ਨਾਲ ਬਹੁਤ ਵਧੀਆ ਲੇਖਕ ਸੀਗੇ ਤੇ ਕਮੇਡੀਅਨ ਬੜੇ ਕਮਾਲ ਦੇ ਸੀਗੇ ਬੜੀ ਠੇਠ ਪੰਜਾਬੀ ਬੋਲਦੇ ਸੀਗੇ ਲਹਿਜਾ ਜਿਹੜਾ ਉਹਨਾਂ ਦਾ ਆਇਆ ਬਹੁਤ ਵਧੀਆ ਹੁੰਦਾ ਸੀਗਾ ਉਹਨਾਂ ਦੇ ਬੋਲੇ ਹੋਏ ਕਈ ਡਾਇਲੋਗ ਹਜੇ ਵੀ ਜਿਹੜੇ ਆ ਜ਼ਿਹਨ ਦੇ ਵਿੱਚ ਘੁੰਮਦੇ ਰਹਿੰਦੇ ਆ ਸੋ ਉਹਨਾਂ ਦੀ ਮੌਤ ਹੋ ਗਈ ਆ ਉਹ ਕਾਲ ਚਲਾਣਾ ਕਰ ਗਏ ਆ ਪੰਜਾਬੀ ਫਿਲਮ ਜਗਤ ਨੂੰ ਪੰਜਾਬੀ ਮਾਂ ਬੋਲੀ ਨੂੰ ਇੱਕ ਬਹੁਤ ਵੱਡਾ ਜਿਹੜਾ ਘਾਟਾ ਇਸ ਕਰਨ ਪਿਆ ਆ ਕਿਉਂਕਿ ਪੰਜਾਬ ਦੇ ਨਾਲ ਸਪੂਤਾਂ ਦੇ ਉੱਤੇ ਸਦਾ ਹੀ ਮਾਣ ਰਹਿਣਾ ਆ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਵਰਤਿਆ ਪੰਜਾਬੀ ਮਾਂ ਬੋਲੀ ਦੀ ਪਰਫੁੱਲਤਾ ਲਈ ਪੰਜਾਬੀ ਸਿਨੇਮੇ ਦੇ ਵਾਸਤੇ ਹਮੇਸ਼ਾ ਜਿਹੜਾ ਕੋਈ ਨਾ ਕੋਈ ਪੋਜ਼ਿਟਿਵ ਕੀਤਾ ਜੀ ਆ ਗੱਲ ਕਰੀਏ ਸੰਗਰੂਰ ਦੀ ਸੰਗਰੂਰ ਦੇ ਵਿੱਚ ਸੀਮਨ ਜੀ ਸਿਕ ਮਾਣ ਹੋਣੀ ਆਪਾਂ ਜਿਵੇਂ ਜਾਣਦੇ ਆ ਕਿ 5822 ਵੋਟਾਂ ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਦੇ ਮੀਤਵਾਰ ਸਰਦਾਰ ਗਰਮੀਲ ਸਿੰਘ ਕਰਾਚੋਂ ਹੁਣ ਤੋਂ ਜਿੱਤ ਚੁੱਕੇ ਆ। ਸੋ ਸੰਗਰੂਰ ਸੰਸਦੀ ਹਲਕੇ ਦੀ ਜਿਹੜੀ ਉਪਚੋਣ ਆ ਬਹੁਤ ਵੱਡੇ ਅਰਥ ਰੱਖਦੀ ਆ। ਇਹਦੇ ਬਹੁਤ ਵੱਡੇ ਅਰਥ ਕੱਢੇ ਜਾ ਰਹੇ ਆ। ਆ ਜਿਹੜੀਆਂ ਤਾਂ ਅਕੈਲ ਉਹ ਸੰਗੀ ਦਾਗ ਤਾਂ ਇਹਨਾਂ ਨੇ ਤਾਂ ਪੱਟ ਸਿਆਪਾ ਪਾ ਲਿਆ ਆ ਵੀ ਦੇਖੋ ਜੀ ਪੰਜਾਬ ਦੇ ਵਿੱਚ ਖਾਲਸਤਾਨੀ ਜਿੱਤ ਗਿਆ ਹੈਗਾ ਆ ਪਹਿਲਾਂ ਉਹਦਾ ਟੈਚਰਾਂ ਕਰਦੇ ਸੀਗੇ ਵੀ ਤੁਹਾਡੇ ਕੋਲ ਪੱਲੇ ਕੀ ਆ ਤੁਹਾਨੂੰ ਵੋਟਾਂ ਨਹੀਂ ਪੈਂਦੀਆਂ ਹੁਣ ਇਸ ਕਰਕੇ ਰੋਈ ਜਾਂਦੇ ਆ ਵੀ ਦੇਖੋ ਜੀ ਖਾਲਸਤਾਨੀ ਐਮਪੀ ਬਣ ਗਿਆ ਆ ਅਸਲ ਦੇ ਵਿੱਚ ਗੱਲ ਕੀ ਹੈ ਕਿ ਆਪ ਜਿਹੜੀ ਕਿ ਪੰਜਾਬ ਦੇ ਵਿੱਚ ਅਸਲੇ ਸਤਾ ਦੇ ਉੱਤੇ ਕਾਬਜ਼ ਆ ਉਹਦੀ 100 ਦਿਨ ਦੀ ਕਾਰਗੁਜ਼ਾਰੀ ਜਿਹੜੀ ਆ ਉਹਦਾ ਇਹ ਪਹਿਲਾ ਇਮਤਿਹਾਨ ਸੀਗਾ ਤੇ ਉਸ ਇਮਤਿਹਾਨਾਂ ਦੇ ਵਿੱਚ ਲੋਕਾਂ ਨੇ ਸੰਗਰੂਰ ਦੇ ਲੋਕਾਂ ਨੇ ਖਾਸ ਕਰ ਉਹਨਾਂ ਨੂੰ ਜਿਹੜਾ ਹੈ ਜੀ ਉਹ ਫੇਲ ਕਰ ਦਿੱਤਾ ਆ ਇਹ ਉਹ ਹਲਕਾ ਆ ਸੰਰੂਕ ਲੋਕ ਸਭਾ ਹਲਕਾ ਜਿੱਥੇ ਕਿ 2014 ਦੀ ਚੋਣ ਦੇ ਵਿੱਚ ਭਗਵੰਤ ਸਿੰਘ ਹੁਣੀ 211000 ਵੋਟਾਂ ਦੇ ਨਾਲ ਜਿੱਤੇ ਸੀਗੇ ਜੀ ਉਸ ਤੋਂ ਬਾਅਦ 2019 ਦੀਆਂ ਚੋਣਾਂ ਦੇ ਵਿੱਚ ਵੀ ਉਹਨਾਂ ਨੇ 110000 ਵੋਟਾਂ ਦੇ ਫਰਕ ਦੇ ਨਾਲ ਆਪਣੇ ਵਿਰੋਧੀ ਨੂੰ ਹਰਾਇਆ ਸੀਗਾ ਤੇ ਹੁਣ ਉਹੀ ਆਮ ਆਦਮੀ ਪਾਰਟੀ ਜਿਹੜੀ ਆ ਉਹੀ ਹਲਕੇ ਦੇ ਵਿੱਚ ਲਗਭਗ ਸਾਰੇ ਜਿਹੜੇ ਵਿਧਾਨ ਸਭਾ ਹਲਕੇਾਂ ਵਿੱਚ ਹਾਰੀ ਆ ਤੇ 5822 ਵੋਟਾਂ ਦਾ ਫਰਕ ਜਿਹੜਾ ਜੀ ਉਹ ਰਿਹਾ ਆ ਸੋ ਇਸ ਦੇ ਨਾਲ ਜਿੱਥੇ ਇੱਕ ਹਾਰ ਮਿਲੀ ਆ ਉੱਥੇ ਇਹ ਵੀ ਗੱਲ ਹੋਈ ਆ ਕਿ ਆਮ ਆਦਮੀ ਪਾਰਟੀ ਜਿਹੜੀ ਕਿ ਨੈਸ਼ਨਲ ਪਾਰਟੀ ਬਣਨਾ ਚਾਹੁੰਦੀ ਆ ਜਾਂ ਬਣ ਚੁੱਕੀ ਆ ਭਾਰਤ ਦੀ ਉਹਨਾਂ ਦਾ ਇੱਕ ਵੀ ਐਮਪੀ ਜਿਹੜਾ ਲੋਕ ਸਭਾ ਦੇ ਵਿੱਚ ਨਹੀਂ ਰਿਹਾ ਇੱਕੋ ਇੱਕ ਇਕਲੌਤੇ ਐਮਪੀ ਜਿਹੜੇ ਭਗਵੰਤ ਮਾਨ ਹੋਣੀ ਸੀਗੇ ਲੋਕ ਸਭਾ ਦੇ ਵਿੱਚ ਹੁੰਦੇ ਉਹ ਵੀ ਹੁਣ ਨਹੀਂ ਰਹੇ ਹੈਗੇ ਸੋ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ ਜਿਹੜੇ ਸੰਸਦੀ ਹਲਕੇ ਦੇ ਵਿੱਚ ਵਿਧਾਨ ਸਭਾ ਹਲਕੇ ਪੈਂਦੇ ਆ ਸੰਗਰੂਰ ਧੂਰੀ ਇਸ ਨਾਮ ਦਿੜਬਾ ਲਹਿਰਾ ਗਾਗਾ ਮਲੇਰ ਕੋਟਲਾ ਮਹਿਲ ਕਲਾ ਬਰਨਾਲਾ ਤੇ ਭਦੌੜ ਇਨਾ ਬਤੁ ਤੇ ਜੇ ਅਸੀਂ ਆਪਾਂ ਦੇਖਦੇ ਆਂਕੜੇ ਤਾਂ ਜਿਹੜੇ ਇਥੋਂ ਦੇ ਮਹਾਜਨ ਲੋਕ ਨੇ ਮੁਸਲਮਾਨ ਆ ਦਲਿਤ ਆ ਤੇ ਹੋਰ ਕੌਮਾਂ ਦੇ ਨਾਲ ਸੰਬੰਧਤ ਲੋਕ ਆ ਸਾਰਿਆਂ ਨੇ ਹੀ ਸਿਮਰ ਸਿੰਘ ਮਾਨ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਆ ਹੁਣ ਆਮ ਆਦਮੀ ਪਾਰਟੀ ਵਾਲੇ ਬਹੁਤ ਹੀ ਦਾਅਵੇ ਦੇ ਨਾਲੇ ਗੱਲ ਕਹਿੰਦੇ ਹੁੰਦੇ ਸੀ ਕਿ ਸੰਗਰੂਰ ਸਾਡਾ ਕਿ ਲਾਇਆ ਅਸੀਂ ਪੂਰੇ ਭਾਰਤ ਵਿੱਚੋਂ ਹਾਰ ਸਕਦੇ ਹਾਂ ਪਰ ਸੰਗਰੂਰ ਦੇ ਵਿੱਚੋਂ ਕਦੀ ਹਾਰ ਨਹੀਂ ਸਕਦੇ ਪਰ ਲੋਕਾਂ ਨੇ 100 ਦਿਨ ਬਾਅਦ ਹੀ ਦੱਸ ਦਿੱਤਾ ਕਿ ਜਾਂ ਆਮ ਆਦਮੀ ਪਾਰਟੀ ਦੀਆਂ ਕਾਰਗਜ਼ਾਰੀਆਂ ਆ ਜੋ ਉਹਨਾਂ ਦੇ ਚਾਲੇ ਆ ਲੋਕਾਂ ਨੂੰ ਪਸੰਦ ਨਹੀਂ ਹੈਗੇ ਲੋਕਾਂ ਨੇ ਬਹੁਤ ਵੱਡਾ ਫਤਵਾ ਭਗਵੰਤ ਜੀ ਨੂੰ ਉਹਨਾਂ ਦੇ ਸਾਥੀਆਂ ਨੂੰ ਦਿੱਤਾ 92 ਸੀਟਾਂ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਇਹ ਗੱਲ ਸਹੀ ਹੈ ਕਿ ਕਿਸੇ ਵੀ ਸਰਕਾਰ ਦੀ ਕਾਰਗਜ਼ਾਰੀ ਜਿਹੜੀ ਹੈ ਕੁਝ ਕੁ ਮਹੀਨਿਆਂ ਦੇ ਵਿੱਚ ਨਹੀਂ ਅੰਕੀ ਜਾ ਸਕਦੀ ਉਹਦੇ ਵਾਸਤੇ ਘੱਟੋ-ਘੱਟ 6 ਮਹੀਨੇ ਸਾਲ ਜਿਹੜਾ ਆ ਚਾਹੀਦਾ ਆ ਪਰ ਜਿਹੜੇ ਚਾਲੇ ਹੁੰਦੇ ਉਹ ਦੱਸ ਪੈਂਦੇ ਆ ਜਿਸ ਤਰੀਕੇ ਦੇ ਨਾਲ ਸਭਾ ਮੈਂਬਰ ਜਿਹੜੇ ਚੁਣੇ ਗਏ ਉਹ ਕੁਝ ਅਮੀਰ ਲੋਕ ਬਣਾ ਦਿੱਤੇ ਗਏ ਜਿਨ੍ਹਾਂ ਦਾ ਕੋਈ ਯੋਗਦਾਨ ਨਹੀਂ ਜਿਹੜਾ ਕਦੀ ਬੋਲ ਨਹੀਂ ਸਕਦੇ ਕੁਝ ਬਾਹਰੋਂ ਲੈ ਲਏ ਗਏ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਅਸਲੀ ਮੁੱਦੇ ਸੀ ਕਿ ਜਿਨ੍ਹਾਂ ਬਾਰੇ ਪੰਜਾਬ ਸਰਕਾਰ ਬਣ ਤੋਂ ਪਹਿਲਾਂ ਪਾਰਟੀ ਕਹਿੰਦੀ ਹੁੰਦੀ ਸੀ ਜੀ 7 ਦਿਨਾਂ ਦੇ ਵਿੱਚ ਬਰਗਾੜੀ ਮਸਲਾ ਹੱਲ ਕਰ ਦੇਣਾ ਨਸ਼ੇ ਖਤਮ ਕਰ ਦੇਣੇ ਆ ਭ੍ਰਿਸ਼ਟਾਚਾਰ ਦੇ ਦੋਸ਼ੀ ਅੰਦਰ ਦੇ ਦੇਣੇ ਆ ਉਹ ਗੱਲਾਂ ਕਿਤਨਾ ਕਿਤੇ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਸੋ ਆਪਣੀਆਂ ਹੀ ਕਈਆਂ ਹੋਈਆਂ ਗੱਲਾਂ ਜਿਹੜੀਆਂ ਬਹੁਤ ਐਕਸਾਈਟਡ ਹੋ ਕੇ ਕਈਆਂ ਹੋਈਆਂ ਸੀਗੀਆਂ ਸ਼ਾਇਦ ਉਹਦੋਂ ਵੀ ਇਹ ਸੋਚਣਾ ਚਾਹੀਦਾ ਸੀ ਵੀ ਇਹ ਪੂਰੀਆਂ ਹੋਣਗੀਆਂ ਕਿ ਨਹੀਂ ਪਰ ਕਈਆਂ ਸੀਗੀਆਂ ਲੋਕ ਸੱਚ ਮੰਨਦੇ ਸੀਗੇ ਇਸ ਕਰਕੇ ਵੋਟਾਂ ਪਾਈਆਂ ਸੀਗੀਆਂ ਉਹ ਹੁਣ ਪੂਰੀਆਂ ਨਹੀਂ ਹੋਈਆਂ ਤਾਂ ਇਸ ਕਰਕੇ ਲੋਕਾਂ ਦਾ ਹਾਲ ਦੀ ਘੜੀ ਜਿਹੜਾ ਜੀ ਉਹ ਮੋਹ ਪੰਗ ਹੋ ਗਿਆ ਸੋ ਆਮ ਆਦਮੀ ਪਾਰਟੀ ਨੂੰ 100 ਦਿਨਾਂ ਦੇ ਵਿੱਚ ਲੋਕਾਂ ਨੇ ਤਾਰੇ ਦਿਖਾ ਦਿੱਤੇ ਆ ਜੀ ਸੋ ਗੱਲ ਇਹ ਨਹੀਂ ਹੈਗੀ ਕਿ ਆ ਲੋਕਾਂ ਦਾ ਜਿਹੜਾ ਕਿ 100 ਦਿਨਾਂ ਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਸਰਕਾਰ ਨੇ ਅਗਾਹ ਕੰਮ ਕਰਨੇ ਆ ਜਾਂ ਨਹੀਂ ਪਰ ਜਿਹੜੇ ਸਰਕਾਰ ਦਾ ਤੌਰ ਤਰੀਕੇ ਸਕੇ ਚੱਲੇ ਸੀਗੇ ਉਹ ਲੋਕਾਂ ਨੂੰ ਪਸੰਦ ਨਹੀਂ ਹੈਗੇ ਭਗਵੰਤ ਮਾਨ ਉਹਨਾਂ ਦਾ ਬਾਰੀ ਵਿੱਚੋਂ ਲਾਮਕਣਾ ਹਰੇਕ ਗੱਲ ਇਹ ਵਾਰ-ਵਾਰ ਦਿੱਲੀ ਜਾ ਕੇ ਪੁੱਛਣਾ ਦਿੱਲੀ ਵਾਲਿਆਂ ਨਾਲ ਹਰੇਕ ਗੱਲ 'ਚ ਮੋਹਰੇ ਰੱਖਣਾ ਦਿੱਲੀ ਦੀ ਝਾੜੂ ਪੜਦਾਰੀ ਕਰਨੀ ਇਹ ਜਿਹੜਾ ਪੰਜਾਬੀ ਸੁਭਾਅ ਹੈਗਾ ਇਹ ਗੱਲ ਪਸੰਦ ਨਹੀਂ ਕਰਦਾ ਇਹੀ ਕਾਰਨ ਆ ਕਿ ਉਹਨਾਂ ਨੂੰ ਇਸ ਮਾਮਲੇ ਵਿੱਚ ਵੱਡੀ ਹਾਰ ਮਿਲੀ ਆ ਬਾਕੀ ਦੀਪ ਸਿੱਧੂ ਤੇ ਸਿੱਧੂ ਮੂਸੇ ਵਾਲਾ ਫੈਕਟਰ ਉਹਨੇ ਸਦਾਰ ਮਾਨ ਦੀਆਂ ਵੋਟਾਂ ਵਧਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਪੰਥਕ ਰਾਜਨੀਤੀ ਜਿਹੜੀ ਆ ਰਿਵਾਈਵ ਕੀਤੀ ਆ ਬਹੁਤ ਸਾਰੀ ਨੌਜਵਾਨੀ ਜਿਹੜੀ ਟੁੱਟ ਚੁੱਕੀ ਸੀਗੀ ਉਹਨਾਂ ਨੇ ਜਦੋਂ ਦੀਪ ਸਿੱਧੂ ਉਹਨਾਂ ਦੀਆਂ ਗੱਲਾਂ ਸੁਣੀਆਂ ਸਿੱਧੂ ਮੂਸੇ ਵਾਲੇ ਦੇ ਗੀਤ ਸੁਣੇ ਇਧਰੋਂ ਤੁਰੇ ਆ ਤਾਂ ਉਹਦੇ ਨਾਲ ਬਹੁਤ ਗੱਲਬਾਤ ਆਈ ਹੈ ਮਾਨ ਸਾਹਿਬ ਦਾ ਇੱਕ ਬਹੁਤ ਹੀ ਜਜ਼ਬਾਤੀ ਕਲਿੱਪ ਜਿਹੜਾ ਕਿ ਉਹ ਕਹਿੰਦੇ ਹੁੰਦੇ ਸੀਗੇ ਕਿ ਮੈਂ ਤਾਂ ਕੌਮ ਲਈ ਬਹੁਤ ਕਰਦਾ ਆ ਪਰ ਕੌਮ ਨਹੀਂ ਮੇਰਾ ਕਰਦੀ ਕੌਮ ਮੇਰੀ ਮੈਨੂੰ ਵੋਟ ਨਹੀਂ ਪਾਉਂਦੀ ਇੱਕ ਮਿਹਣਾ ਜਿਹੜਾ ਸੀਗਾ ਉਹ ਲੋ ਕੋਈ ਅਕਾਲੀ ਫੈਸਲ ਕੀ ਇਹ ਵੀ ਮਿਲਣਾ ਜਿਹੜਾ ਧੋ ਦੰਨੇ ਆ ਸੋ ਮਾਨ ਸਾਹਿਬ ਨੂੰ ਉਹਨਾਂ ਨੇ ਜਿਤਾਇਆ ਆ ਇਸ ਚੋਣ ਦੇ ਵਿੱਚ ਕਾਂਗਰਸ ਅਤੇ ਬਾਦਲ ਜਿਹੜੇ ਆ ਜ਼ੀਰੋ ਹੋ ਗਏ ਆ ਬਾਦਲ ਤਾਂ ਜਿਹੜੇ 5ਵੇਂ ਨੰਬਰ ਤੇ ਰਹੇ ਆ ਭਾਜਪਾ ਤੋਂ ਵੀ ਪਿੱਛੇ ਚਲੇ ਗਏ ਆ ਭਾਜਪਾ ਦਾ ਅਕਾਲੀ ਦਲ ਨਾਲ ਅੱਗੇ ਹੋਣਾ ਇਹ ਵੀ ਇੱਕ ਪੰਜਾਬ ਦੇ ਵਾਸਤੇ ਇੱਕ ਵੱਡੀ ਚਿੰਤਾ ਹੈਗੀ ਆ ਹੁਣ ਸੁਖਵੀਰ ਬਾਦਲ ਨੂੰ ਕੋਈ ਮੌਕਾ ਸੀਗਾ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਚੋਣਾਂ ਤੋਂ ਦੂਦਰ ਪਹਿਲਾਂ ਸਲਾਹ ਵੀ ਦਿੱਤੀ ਸੀਗਾ ਆਪਣਾ ਉਮੀਦਵਾਰ ਪਿੱਛੇ ਲੈ ਲਓ ਪਰ ਜਿਵੇਂ ਹੁੰਦਾ ਨਾ ਵੀ ਹੋਣੀ ਵੀ ਬੇਇਜ਼ਤੀ ਕਰਵਾਉਣੀ ਜਿਹੜੀ ਆ ਕਿਸਮ ਵਿੱਚ ਲਿਖੀ ਹੋਈ ਸੀਗੀ ਸੋ ਉਹ ਗੱਲ ਹੋਈ ਆ ਅਕਾਲੀ ਦਲ ਬਾਦਲ ਦਾ ਕਰੀਟਰ ਜਿਹੜਾ ਆ ਉਹ ਆਮਾਨ ਦਲ ਦੇ ਹੱਕ ਦੇ ਵਿੱਚ ਭੁਗਤਿਆ ਆ ਹੁਣ ਪਾਰਟੀ ਦੇ ਵਿੱਚ ਬਾਗੀ ਸੁਰਾਂ ਗਰਮ ਆ ਇੱਕ ਵਾਰ ਫਿਰ ਸੁਖਬੀਰ ਬਾਦਲ ਦੇ ਉੱਤੇ ਪ੍ਰੈਸ਼ਰ ਆ ਕਿ ਉਹ ਪ੍ਰਧਾਨਗੀ ਛੱਡ ਕੇ ਲਾਂਬੇ ਹੋਣ ਕਿਸੇ ਨਵੇਂ ਬੰਦੇ ਨੂੰ ਜਿਹੜਾ ਅੱਗੇ ਲੈ ਕੇ ਹੋਣ ਲੋਕ ਜਿਹੜੇ ਪੁਰਾਣਿਆਂ ਦੇ ਉੱਤੇ ਉਹਨਾਂ ਦੇ ਨਾਲ ਤੁਰਿਆ ਫਿਰਦੇ ਉੱਤੇ ਯਕੀਨ ਕਰਨ ਲਈ ਰਾਜ਼ੀ ਨਹੀਂ ਹੈਗੀ ਬਾਕੀ ਇਹ ਇੱਕ ਵੱਡੀ ਚਰਚਾ ਕਿ ਬੀਬਾ ਹਰਿ ਸਿਮਰਤਪੁਰ ਬਾਗਲ ਦੀ ਅਰਦਾਸ ਜਿਹੜੀ ਉਹਨਾਂ ਨੇ ਕਹੀ ਸੀਗੀ ਕਿ ਜਿਹੜਾ ਬਿਆਦਬੀਆਂ ਕੀਤੀਆਂ ਜਾਂ ਕਰਵਾਈਆਂ ਉਹਨਾਂ ਦਾ ਕੱਖ ਨਾ ਰਹੇ ਲੋਕ ਕੱਲੇ ਕਰ ਰਹੇ ਆ ਕਿ ਇਹ ਵੀ ਗੱਲ ਜਿਹੜੀ ਆ ਸੱਚੀ ਹੋਈ ਆ ਜੀ ਸੋ ਹੁਣ ਆਮ ਆਦਮੀ ਪਾਰਟੀ ਵਾਲੇ ਇਹ ਵੀ ਕਹਿ ਰਹੇ ਆ ਕਿ ਦੇਖੋ ਜੀ ਕਾਂਗਰਸ ਨੇ ਤੇ ਕਾਲੀਆਂ ਨੇ ਜਿਹੜੀਆਂ ਆ ਤੇਨਾਂ ਦੇ ਸਮਰਥਕ ਵੋਟਾਂ ਸੀਗੀਆਂ ਉਹ ਮਾਨ ਸਾਹਿਬ ਨੂੰ ਪਈਆਂ ਤਾਂ ਉਹ ਜਿੱਤ ਗਏ ਆ ਸੋ ਬਿਲਕੁਲ ਗੱਲ ਇਹ ਸਹੀ ਹੈਗੀ ਆ ਉਹੀ ਵੋਟਾਂ ਤੁਹਾਨੂੰ ਪੈਂਦੀਆਂ ਸੀਗੀਆਂ ਕਿਉਂਕਿ ਪਾਰਟੀ ਆ ਤੁਹਾਡੀ ਵੀ ਨਵੀਂ ਆ ਅਕਾਲੀਆਂ ਤੇ ਕਾਂਗਰਸੀਆਂ ਤੋਂ ਨਾਰਾਜ਼ ਵੋਟ ਜਿਹੜੀ ਆਮ ਆਦਮੀ ਪਾਰਟੀ ਨੂੰ ਪਈ ਸੀ ਉਹ ਹੁਣ ਆਮ ਆਦਮੀ ਪਾਰਟੀ ਕੋਲੋਂ ਸਾਂਭੀ ਨਹੀਂ ਗਈ ਤਾਂ ਉਹ ਮਾਨ ਸਾਹਿਬ ਨੂੰ ਪੈ ਗਈ ਆ ਜੇ ਮਾਨ ਸਾਹਿਬ ਜਿਹੜੇ ਆ ਉਹਨਾਂ ਦੇ ਕੋਲੋਂ ਵੀ ਲੋਕਾਂ ਦਾ ਮਨ ਖੁਸ਼ ਨਾ ਕਰ ਹੋਇਆ ਕਾਰਗੁਜ਼ਾਰੀ ਸਹੀ ਨਹੀਂ ਹੋਈ ਤਾਂ ਕਿਸੇ ਹੋਰ ਨੂੰ ਪਊਗੀ ਇਹ ਇਹ ਗੱਲ ਪੱਕੀ ਆ ਪੰਜਾਬ ਜਿਹੜਾ ਆ ਉਹ ਬਦਲਾ ਵੀ ਲੈਂਦਾ ਆ ਤੇ ਇਹ ਬਦਲਾ ਵੀ ਚਾਹੁੰਦਾ ਆ ਇਹ ਨਵੇਂ ਨਵੇਂ ਐਕਸਪੈਰੀਮੈਂਟ ਕਰਕੇ ਦੇਖਦੇ ਆ ਪਰ ਵੱਧ ਦਾ ਘਾਟਾ ਨਹੀਂ ਇਹ ਦੇਖਦੇ ਹੈਗੇ ਜੀ ਬਾਕੀ ਜਿਹੜਾ ਇੱਕ ਕਹਿ ਸਕਦੇ ਹਾਂ ਕਿ ਲੈਸਨ ਜ਼ਰੂਰ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਦਿੱਤਾ ਆ ਜਿਹੜਾ ਉਹ ਇਹ ਸੋਚਦੇ ਸੀ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਆ ਉਹ ਇੱਕ ਕੰਧ ਤੇ ਜਿਹੜਾ ਆ ਲਿਖਿਆ ਪੜਨ ਵਾਲੀ ਗੱਲ ਆ ਇਹ ਪੰਥਕ ਰਾਜ ਦੀ ਤੀਜੀ ਨਵੀਂ ਸਵੇਰ ਹੋਈ ਆ ਪੰਥ ਇਕੱਠਾ ਹੋਣ ਦੀ ਗੱਲ ਚੱਲਦੀ ਆ ਜਿਹੜੇ ਪੰਥਕ ਲੋਕ ਆ ਉਹ ਰਲ ਕੇ ਕੋਈ ਜਥੇਬੰਦੀ ਬਣਾਉਣ ਜਾਂ ਅਕਾਲੀ ਦਲ ਨੂੰ ਰਿਵਾਈਵ ਕਰਨ ਇਹ ਵੀ ਗੱਲਾਂ ਜਿਹੜੀਆਂ ਚੱਲਦੀਆਂ ਰਹੀਆਂ ਆ ਜੀ ਬਾਕੀ ਜੇਕਰ ਭਗਵੰਤ ਮਾਨ ਕੋਲ ਹੱਲੇ ਵੀ ਤਕਰੀਬਨ ਪੌਣੇ 5 ਸਾਲ ਦਾ ਸਮਾਂ ਬਾਕੀ ਆ ਉਹਨਾਂ ਦੀ ਨਿਗਤ ਤੇ ਬਹੁਤੇ ਲੋਕਾਂ ਨੂੰ ਸ਼ੱਕ ਨਹੀਂ ਹੈਗਾ ਕੋਈ ਇੱਕ ਜਿਹੜੀ ਗੱਲ ਲੋਕਾਂ ਨੂੰ ਪੰਜਾਬ ਦੇ ਨਾਲ ਜਿਹੜੀ ਮੈਂ ਮਹਿਸੂਸ ਕਰ ਰਿਹਾ ਉਹ ਇਹ ਹੀ ਆ ਕਿ ਉਹ ਜਿਹੜੇ ਦਿੱਲੀ ਥੱਲੇ ਲੱਗ ਕੇ ਚੱਲ ਰਹੇ ਆ ਉਹ ਪ੍ਰਵਾਨ ਨਹੀਂ ਪੰਜਾਬੀ ਨਾਬਰ ਆ ਇਹ ਕਿਸੇ ਟੈ ਨਹੀਂ ਮੰਨਦੇ ਹੈਗੇ ਇਹਨਾਂ ਨੇ ਭਗਵੰਤ ਮਾਨ ਨੂੰ ਚੁਣਿਆ ਸੀਗਾ ਇਸੇ ਕਰਕੇ ਇੱਕ ਉਹਨਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਜਦੋਂ ਬਣਾਇਆ ਆ ਆਪ ਦਾ ਗ੍ਰਾਫਿਕ ਤਾਂ ਮੈਂ ਉੱਪਰ ਚੱਲ ਗਿਆ ਸੋ ਇਹ ਤੋਂ ਗੱਲ ਸਮਝਣੀ ਚਾਹੀਦੀ ਹੈ ਕਿ ਲੋਕੀ ਭਗਵੰਤ ਮਾਨ ਨੂੰ ਪੰਜਾਬ ਦਾ ਨਾਇਕ ਦੇਖਣਾ ਚਾਹੁੰਦੇ ਆ ਪਰ ਜੇਕਰ ਭਗਵੰਤ ਮਾਨ ਇਹਦੇ ਬਾਰੀ ਚੋਂ ਲੰਕੀ ਗਏ ਕੇਂਦਰੀ ਆਲ ਉਹਨਾਂ ਦੇ ਝਾੜੂ ਵਰਦਾਰ ਬਣੇ ਰਹੇ ਇਹ ਪੰਜਾਬੀਆਂ ਦੇ ਸੁਭਾਅ ਨੂੰ ਸੱਟ ਮਾਰਦੀ ਹੈ ਗੱ ਨਹੀਂ ਹੈਗੀ ਸੋ ਜੇਕਰ ਭਗਵਾਨ ਤਮਨ ਹੋਣੀ ਦਿੱਲੀ ਦੇ ਜੂਲੇ ਚੋਂ ਨਿਕਲਣਗੇ ਪੰਜਾਬ ਦੇ ਖੁਦਮੁਖਤਿਆਰ ਸੀਐਮ ਬਣਨਗੇ ਤੇ ਲੋਕਾਂ ਨਾਲ ਸਾਥ ਜਿਹੜਾ ਆ ਜਰੂਰ ਦੇਣਗੇ ਵਰਨਾ ਸੰਗਰੂਰ ਤੋਂ ਸਿਆਸੀ ਸਫ਼ਰ ਸ਼ੁਰੂ ਹੋਇਆ ਸੀ ਸੰਗਰੂਰ ਨੇ ਹੀ ਖਤਮ ਕਰ ਦੇਣਾ ਆ ਇਹ ਗੱਲ ਪੱਕੀ ਹੈਗੀ ਆ ਬਾਕੀ ਜਾਗਦੇ ਸਿਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਨੌਜਵਾਨ ਇਸ ਲਹਿਰ ਦੇ ਵਿੱਚ ਜਾਗੇ ਆ ਨਵਾਂ ਜਿਹੜਾ ਇਤਿਹਾਸ ਆ ਉਹਨਾਂ ਨੂੰ ਪਤਾ ਲੱਗਾ ਸਾਰਾ ਕੁਝ ਵੀ ਸਿੱਖ ਜਿਹੜੇ ਆ ਸਿੱਖ ਇਤਿਹਾਸ ਤੋਂ ਕਿਵੇਂ ਸੀਗੇ ਤੇ ਲੈ ਸਕਦੇ ਆ ਕੌਮਾਂ ਕਿਵੇਂ ਜਾਗਦੀਆਂ ਸੋ ਬਹੁਤ ਕੁਝ ਨਵਾਂ ਇਹਦੇ ਵਿੱਚੋਂ ਜਿਹੜਾ ਆ ਜੀ ਉਹ ਮਿਲਿਆ ਆ ਇਸ ਦੇ ਨਾਲ ਹੀ ਜਦੋਂ ਸਿਮਰ ਸਿੰਘ ਮਾਰਾਉਣੇ ਜਿੱਤੇ ਆ ਤਾਂ ਉਹਨਾਂ ਦੇ ਉੱਤੇ ਅਟੈਕ ਹੋਣੇ ਵੀ ਸ਼ੁਰੂ ਹੋ ਗਏ ਆ ਉਹਨਾਂ ਦੇ ਵਾਸਤੇ ਬਹੁਤ ਚੈਲੰਜ ਭਰਪੂਰ ਸਮਾਂ ਹੋਣਾ ਕਿ ਉਹ ਕੱਲਾ ਉਹਨਾਂ ਨੇ ਵੀ ਬਹੁਤ ਕੀਤੀਆਂ ਹੋਈਆਂ ਵਾਦੇ ਉਹਨਾਂ ਨੇ ਵੀ ਬਹੁਤ ਕੀਤੇ ਹੋਏ ਆ ਉਹ ਵਾਦੇ ਪੂਰੇ ਕਰਨੇ ਇੱਕ ਆਪਣੇ ਆਪ ਦੇ ਵਿੱਚ ਵੱਡਾ ਚੈਲੰਜ ਆ ਬਾਕੀ ਜਿੱਥੇ ਚੈਲੰਜ ਉਹਨਾਂ ਦੇ ਮੂਰੇ ਹੈਗਾ ਆ ਉੱਥੇ ਟਿਕਰਾਂ ਵੀ ਹੈਗੀਆਂ ਬਹੁਤ سارے ਲੋਕੀ ਜਿਹੜੇ ਆ ਪੁੱਛ ਰਹੇ ਆ ਕਿ ਸਤਿਮਿੰਦਰ ਸਿੰਘ ਮਾਨ ਹੋਣੀ ਜਿਹੜੇ ਆ ਉਹ ਹੁਣ ਕਿਰਪਾਨ ਨਾਲ ਲੈ ਕੇ ਜਾਣਗੇ ਲੋਕ ਸਭਾ ਦੇ ਵਿੱਚ ਕਿ ਨਹੀਂ ਇੱਕ ਬਹੁਤ ਵੱਡੀ ਮਿੱਥ ਹੈ ਜਿਹੜੀ ਕਿ মিডিਏ ਵੱਲੋਂ ਘੜੀ ਗਈ ਤੇ ਜਿਹੜੀ ਕਿ ਲੋਕਾਂ ਨੂੰ ਹਜੇ ਪਤਾ ਆ ਕਿਉਂਕਿ ਦਿਮਾਗਾਂ ਵਿੱਚ মিডিਏ ਨੇ ਪਾਉਣੀ ਹੁੰਦੀ ਆ ਪਰ ਕੱਢੀ ਨਹੀਂ ਗਈ ਬਾਅਦ ਦੇ ਵਿੱਚੋਂ মিডিਏ ਵੱਲੋਂ ਖੋਇਆ ਇਸ ਤਰ੍ਹਾਂ ਜਿਹਾ ਕਿ 1989 ਦੇ ਵਿੱਚ 1999 ਦੇ ਵਿੱਚ ਮਾਨਸਾਬਤਾਂ ਦੇ ਸਾਥੀ ਜਿਹੜੇ ਜੇਲ੍ਹ ਦੇ ਵਿੱਚ ਉਹ ਤੇ ਤੋਂ ਬਾਅਦ ਅੰਡਰ ਦ ਨੈਸ਼ਨਲ ਕਮਿਟੀ ਫॉर ਮਿਨੋਰਟੀ ਉਹਨਾਂ ਨੇ ਸੌ ਨਹੀਂ ਸੀ ਚੱਕੀ ਜਦੋਂ ਸੌ ਨਹੀਂ ਚੱਕੀ ਤਾਂ ਉਹਨਾਂ ਨੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਗੱਲ ਚੱਲੀ ਕਿ ਸੰਕੇਤ ਇਹ ਗੱਲ ਕੀਤੀ ਸੀ ਕਿ ਯਾਸਰ ਰਫਾਤ ਜਿਹੜਾ ਕਿ ਫਲਸਤੀਨ ਦੇ ਆਗੂ ਆ ਉਹ ਪਿਸਤੌਲ ਪਾ ਕੇ ਇੰਦਰਾ ਗਾਂਧੀ ਦੇ ਨਾਲ ਘੁੰਮ ਸਕਦੇ ਆ ਹਰੇਕ ਥਾਂ ਜਾ ਸਕਦੇ ਆ ਤਾਂ ਸਿੱਖ ਆਪਣੀ ਕਿਰਪਾਨ ਜਿਹੜੀ ਆ ਕਿਉਂ ਨਹੀਂ ਲਿਜਾ ਸਕਦੇ ਸੋ ਇੱਕ ਉਹਨਾਂ ਦਾ ਚੈਲੰਜ ਹੈਗਾ ਇੱਕ ਸੰਕੇਤਕ ਦੱਸਣਾ ਹੈਗਾ ਕਿ ਸਾਡੇ ਨਾਲ ਵਿਤਕਰੇਬਾਜ਼ੀ ਹੋ ਰਹੀ ਆ ਉਸ ਤੋਂ ਬਾਅਦ ਇਹ ਬਹੁਤ ਸਾਰੇ ਲੋਕ ਜਿਹੜੇ ਭੁੱਲ ਰਹੇ ਆ ਪੱਤਰਕਾਰ ਦੱਸ ਨਹੀਂ ਰਹੇ ਕਿ 1993 ਤੋਂ ਲੈ ਕੇ 2004 ਦੇ ਤੱਕ ਉਹ ਮੈਂਬਰ ਪਾਰਲੀਮੈਂਟ ਰਹੇ ਆ ਅੰਦਰ ਜਾ ਕੇ ਉਹਨਾਂ ਨੇ ਬਹੁਤ ਸਾਰੇ ਸਵਾਲ ਜਿਹੜੇ ਆ ਆ ਚੁੱਕੇ ਆ ਗੱਲਾਂ ਬਾਤਾਂ ਕੀਤੀਆਂ ਮੁੱਦੇ ਉਠਾਏ ਆ ਆ ਆਪਣੇ ਲੋਕਾਂ ਦੇ ਵਾਸਤੇ ਗਰੰਟਾਂ ਲੈ ਕੇ ਆਏ ਆ ਜੇਕਰ ਤੁਸੀਂ ਭਾਰਤੀ ਲੋਕ ਸਭਾ ਦੀ ਵੈਬਸਾਈਟ ਇਹੀ ਖੋਲ ਲਵੋ ਤੇ ਉੱਥੇ ਜਾ ਕੇ ਸੀਮ ਸਿੰਘ ਮਾਨ ਹੋਣ ਦਾ ਬਾਇਓ ਡਾਟਾ ਕੱਢੋ ਤਾਂ ਪਤਾ ਲੱਗਦਾ ਕਿ ਉਹਦੇ ਵਿੱਚ ਲਿਖਿਆ ਆ ਕਿ ਹਿਊਮਨ ਰਾਈਟਸ ਦੀ ਚਾਰਟਰ ਦੀ UN ਦੀ ਘਟਕਣਤੀਆਂ ਦੇ ਹੱਕਾਂ ਦੀ ਗੱਲ ਜਿਹੜੀ ਆ ਉਹ ਕਰਦੇ ਰਹੇ ਆ ਤੇ ਬੈਸਟ ਪਾਰਲੀਮੈਂਟਰੀਅਨ ਦਾ ਖਿਤਾਬ ਵੀ ਜਿਹੜਾ ਉਹਨਾਂ ਨੂੰ ਮਿਲਿਆ ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਮਾਨ ਹੋਣੀ ਜਿਹੜੇ ਆ ਪਾਰਲੀਮੈਂਟ ਵਿੱਚ ਗਏ ਸੀ ਪਹਿਲਾਂ ਤੁਹਾਨੂੰ ਮਾਰਲੀਮੈਂਟ ਦੇ ਵਿੱਚ ਜਾ ਕੇ ਇਹ ਦਿਖਾਉਣੇ ਕਿ ਮਾਨ ਹੋਣੀ ਮੁੱਦੇ ਕਿਹੋ ਜਿਹੇ ਚੱਕਦੇ ਰਹੇ ਆ ਉਹਨਾਂ ਦੇਤ ਲਈ ਅਗਰੇ ਧੱਲੇਦਾਰ ਵਕੀਲਾਂ ਦੇ ਉਹ ਲੋਕ ਸਭਾ 'ਚ ਮੂੰਹ ਬੰਦ ਕਰਾਉਂਦੇ ਰਹੇ ਆ ਬਾਈ ਸੈਪਰੇਟਲੀ ਅੰਡਰ ਦ ਨੈਸ਼ਨਲ ਕਮਿਸ਼ਨ ਫੋਰ ਮਿਨੋਰਟੀਜ਼ ਐਕਟ 1992 ਸਿਕਸ ਆਰ ਅ ਡਿਸਟਿੰਕਟ ਮਿਨੋਰਟੀ ਇਨ ਦ ਕੰਟਰੀ अंडर वेरियस लेजिस्लेशन पॉइंट महिलाओं के लिए अपील का पीरियड कितना हो उसके साथ इसका तो कोई ताल्लुक नहीं है किसका तलक वी आर सेपरेट फ्रॉम यू एम ट्राइंग टू प्लीज माई केस लेट बी यू टाइम बट वेदर विमेन शुड हैव थर्टी डेज टू अपील और नाइन्टी डेज टू अपील इज the, एन इशू एज टू वॉट दी लार्जर लॉ मिनिस्टर यू कैन हैव यूज आफ्टर अर spoken

sir this is extraordinary this is a dictatorship by the hindu religion that if we want to break the umbilical cord they just stand up and sort of muddle voices of course they. i mean i have some objection of that sentence I'm, sir i'm speaking i'm building up my case to be separated from the hindu marriage act so ye si maan saab honadi party lok sabha de vich saphich ਇਹ ਗੱਲ ਸਹੀ ਹੈ ਕਿ ਮਾਨ ਸਾਹਿਬ ਹੋਣਾਂ ਦੇ ਅੱਗੇ ਚੈਲੰਜ ਬਹੁਤ ਆ ਕਿਉਂਕਿ ਉਹਨਾਂ ਨੇ ਵਾਅਦੇ ਬਹੁਤ ਕੀਤੇ ਲੋਕਾਂ ਨੂੰ ਉਹਨਾਂ ਦੀ ਆਸਾਂ ਬਹੁਤ ਆ ਕੱਲੇ ਪੰਚ ਨੂੰ ਨਹੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੀ ਨਹੀਂ ਹੈਗਾ ਬਲਕਿ ਸੰਗਰੂਰ ਇਲਾਕੇ ਦੇ ਲੋਕ ਜਿਹੜੇ ਆ ਉਹਨਾਂ ਨੇ ਇਹਨਾਂ ਗੱਲਾਂ ਤੋਂ ਵੀ ਉੱਪਰ ਉੱਠ ਕੇ ਜਿਹੜਾ ਉਹਨੂੰ ਜਿਤਾਇਆ ਰੋਜ਼ਗਾਰ ਦਾ ਮਸਲਾ ਮਹਿੰਗਾਈ ਦਾ ਮਸਲਾ ਸੰਗਰੂਰ ਇਲਾਕੇ ਦੀਆਂ ਹੋਰ ਬਹੁਤ ਸਮੱਸਿਆਵਾਂ ਨੇ ਤੇ ਵੋਟਾਂ ਕੱਲੇ ਸਿੱਖਾਂ ਨੇ ਨਹੀਂ ਉੱਥੇ ਪਾਈਆਂ ਉੱਥੇ ਮਹਾਜਨਾਂ ਨੇ ਮੁਸਲਮਾਨਾਂ ਨੇ ਦਲਿਤਾਂ ਨੇ ਤੇ ਹੋਰ ਕਮਿਊਨਿਟੀਜ਼ ਨੇ ਵੀ ਵੋਟਾਂ ਪਾਈਆਂ ਸੋ ਇਸੇ ਕਰਕੇ ਮਾਨ ਹੁਣਾਂ ਨੇ ਇਹ ਗੱਲ ਕਹੀ ਵੀ ਆ ਕਿ ਉਹ ਸਾਰਿਆਂ ਦੇ ਵਾਸਤੇ ਸੰਗਰੂਰ ਦੇ ਵਿੱਚ ਕੁਛ ਨਾ ਕੁਛ ਲਿਆਉਣ ਦੀ ਕੋਸ਼ਿਸ਼ ਕਰਨਗੇ ਰੋਜ਼ਗਾਰ ਦੇ ਵਸੀਲੇ ਕਰਨਗੇ ਤੇ ਸਭ ਦੇ ਮੁੱਦੇ ਜਿਹੜੇ ਆ ਜੀ ਉਹ ਲੈ ਕੇ ਚੱਕਣਗੇ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਪੰਜਾਬ ਸਰਕਾਰ ਦੇ ਬਜਟ ਦੀ ਪੰਜਾਬ ਸਰਕਾਰ ਦੇ ਬਾਈਰ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਪਰ ਜਿਹੜੀ ਗੱਲ ਅੱਜ ਰੜਕ ਰਹੀ ਆ ਉਹ ਇਹ ਆ ਕਿ ਪੰਜਾਬ ਦੇ ਬਜਟ ਦੇ ਵਿੱਚ ਸਾਲ 2022-23 ਦੇ ਵਾਸਤੇ 780 ਕਰੋੜ ਰੁਪਏ ਦੀ ਇੱਕ ਸਕੀਮ ਦੇ ਵਾਸਤੇ ਪੈਸੇ ਰੱਖੇ ਗਏ ਆ ਇਹ ਆ ਗਿਆ ਕਿ ਜਿਹੜੀ ਰਾਜਸਥਾਨ ਫੀਡਰ ਆ ਤੇ ਸਰਹੰਦ ਫੀਡਰ ਆ ਇਹਨਾਂ ਨੂੰ ਜਿਹੜਾ ਆ ਜੀ ਉਹਦੀ ਰੋਕਥਾਮ ਦੇ ਵਾਸਤੇ ਪੈਸੇ ਖਰਚੇ ਜਾਣੇ ਆ। ਸੋ ਰੋਕਥਾਮ ਕੀ ਜੇ ਕਹਿੰਦੇ ਸੀ ਪੇਜ ਤੋਂ ਬਚਾਉਣਾ ਆ। ਹਾਲਾਂਕਿ ਜਿਹੜੀ ਆ ਸੀ ਪੇਜ ਉਹ ਪੰਜਾਬ ਵਾਸਤੇ ਚੰਗੀ ਆ। ਜੇਕਰ ਪਾਣੀ ਦਾ ਨਿਕਾਸ ਨਹਿਰਾਂ ਵਿੱਚੋਂ ਥੱਲੇ ਹੁੰਦਾ ਤਾਂ ਜਿਹੜੇ ਨਹਿਰਾਂ ਦੇ ਆਲੇ-ਦੁਆਲੇ ਦੇ ਇਲਾਕੇ ਆ ਉਹਨਾਂ ਦੇ ਵਿੱਚ ਮਿੱਠਾ ਠੰਡਾ ਪਾਣੀ ਜਿਹੜਾ ਮਿਲਦਾ ਆ। ਪਾਣੀ ਦਾ ਲੈਵਲ ਵੀ ਜਿਹੜਾ ਉੱਪਰ ਰਹਿੰਦਾ। ਪਰ ਇਸ ਤੇ ਬਹਾਨੇ ਕਿ ਸੀ ਪੇਜ ਜਿਹੜੀ ਆ ਉਹ ਬੰਦ ਕਰਨੀ ਉਹ ਤੇ ਪੰਜਾਬ ਦਾ ਨੁਕਸਾਨ ਹੋਣਾ। ਨਹਿਰਾਂ ਪੱਕੀਆਂ ਕੀਤੀਆਂ ਜਾਣਗੀਆਂ। ਪੰਜਾਬ ਸਰਕਾਰ ਦੇ ਖਰਚੇ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਖਰਚੇ ਦੇ ਉੱਤੇ ਰਾਜਸਥਾਨ ਸਰਹੰਦ ਨਹਿਰਾਂ ਜਿਹੜੀਆਂ ਪੱਕੀਆਂ ਕੀਤੀਆਂ ਜਾਣਗੀਆਂ ਤਾਂ ਕਿ ਪਾਣੀ ਹੋਰ ਵੀ ਤੇਜ਼ੀ ਦੇ ਨਾਲ ਬਾਹਰ ਨੂੰ ਵਗ ਸਕੇ ਸੋ ਜਿੱਥੇ ਕੋਸ਼ਿਸ਼ ਤਾਂ ਇਹ ਸੀਗੀ ਪੰਜਾਬ ਸਰਕਾਰ ਤੋਂ ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ ਹੁਣਾਂ ਤੋਂ ਆਸਤਾ ਇਹ ਸੀਗੀ ਕਿ ਪੰਜਾਬ ਦਾ ਜਿਹੜਾ ਜਾ ਰਿਹਾ ਪਾਣੀ ਆ ਉਹ ਪਹਿਲਾਂ ਪੰਜਾਬ ਨੂੰ ਲੈ ਕੇ ਦੇਣਗੇ ਕਿਉਂਕਿ ਪੰਜਾਬ ਦੀਆਂ ਆਪਣੀਆਂ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ ਪਰ ਉਲਟਾ ਪੰਜਾਬ ਸਰਕਾਰ ਇਸੇ ਬਜਟ ਦੇ ਵਿੱਚ ਜਿਹੜੀ ਇਹ ਗੱਲ ਕਹਿ ਰਹੀ ਹੈ ਕਿ 780 ਕਰੋੜ ਰੁਪਏ ਹੋਰ ਖਰਚੇ ਜਾਣਗੇ ਨਹਿਰਾਂ ਨੂੰ ਪੱਕਾ ਕੀਤਾ ਜਾਊਗਾ ਤਾਂ ਕਿ ਪਾਣੀ ਹੋਰ ਤੇਜ਼ੀ ਦੇ ਨਾਲ ਜਿਹੜਾ ਬਾਹਰ ਨੂੰ ਵਗ ਜਵੇ ਤੇ ਜਿਹੜਾ ਪਾਣੀ ਥੱਲੇ ਜੀਰਦਾ ਸੀਗਾ ਜਿਹਦੇ ਕਰਕੇ ਆਲੇ-ਦੁਆਲੇ ਦੇ ਪਿੰਡਾਂ ਦੇ ਵਿੱਚ ਪਾਣੀ ਉੱਪਰ ਰਹਿੰਦਾ ਸੀਗਾ ਤੇ ਨਾਲ ਦੀ ਨਾਲ ਠੰਡਾ ਮਿੱਠਾ ਪਾਣੀ ਮਿਲਦਾ ਸੀਗਾ ਖਾਰੇ ਇਲਾਕਿਆਂ ਦੇ ਵਿੱਚ ਉਹ ਵੀ ਬੰਦ ਹੋ ਜਾਣਾ ਸੋ ਇੱਕ ਇਹ ਕਿਦਾਂ ਦਾ ਫੈਸਲਾ ਆ ਇਹ ਤੁਸੀਂ ਆਪ ਸੋਚ ਸਕਦੇ ਆ ਇਸ ਗੱਲ ਨੂੰ ਲੈ ਕੇ ਵੀ ਕਾਫੀ ਵਿਰੋਧ ਹੋਣ ਦੀ ਸੰਭਾਵਨਾ ਆ ਕਿ ਇੱਕ ਤਾਂ ਪਹਿਲੇ ਪਾਣੀ ਜਿਹੜੇ ਉਹਦਾ ਪੈਸਾ ਕੋਈ ਦੇ ਨਹੀਂ ਰਿਹਾ ਨਾ ਹਰਿਆਣਾ ਨਾ ਰਾਜਸਥਾਨ ਹਰਿਆਣਾ ਇੱਕ ਪਾਸੇ ਮੰਨ ਵੀ ਲਈਏ ਕਿ ਵਿੱਚੋਂ ਟੁੱਟ ਕੇ ਬਣਿਆ ਰਾਜਸਥਾਨ ਤਾਂ ਅਡਸਟੇਟ ਆ ਨਾਨ ਰੈਪੀਰੀਅਨ ਸਟੇਟ ਆ ਆ ਆਜ਼ਾਦੀ ਤੋਂ ਪਹਿਲਾਂ ਕੌਤੀ ਆਜ਼ਾਦੀ 1947 ਤੋਂ ਪਹਿਲਾਂ ਮਹਾਰਾਜਾ ਗੰਗਾ ਸਿੰਘ ਹੁਣੀ ਪੰਜਾਬ ਨੂੰ ਪੈਸੇ ਦਿੰਦੇ ਰਹੇ ਆ ਉਹ ਪੈਸੇ ਕਿਉਂ ਨਾ ਲੈ ਜਾਣ ਪਾਣੀ ਦੇ ਪਾਣੀ ਪੰਜਾਬ ਜਿਹੜਾ ਫਰੀ ਕਿਉਂ ਦਵੇ ਮਤਲਬ ਕਿ ਪੰਜਾਬ ਨੂੰ ਰਾਜਸਥਾਨ ਤੋਂ ਸੰਗਮਰਮਰ ਮੁੱਲ ਮਿਲਦਾ ਜਿਹੜਾ ਕਿ ਕੁਦਰਤੀ ਚੀਜ਼ ਆ ਸੋ ਇਹ ਗੱਲਾਂ ਜਿਹੜੀਆਂ ਚੱਕੜੀਆਂ ਚਾਹੀਦੀਆਂ ਸੀਗੀਆਂ ਪਰ ਉਲਟਾ ਜਿਹੜਾ ਬਜਟ ਦੇ ਵਿੱਚ 780 ਕਰੋੜ ਰੁਪਏ ਰੱਖ ਲਏ ਆ ਇਹ ਸਵਾਲ ਜਿਹੜਾ ਪੰਜਾਬ ਸਰਕਾਰ ਦੇ ਜ਼ਰੂਰ ਹੋਣਾ ਆ ਕਿ ਤੁਸੀਂ ਤਾਂ ਪੰਜਾਬ ਦੇ ਰਾਖੇ ਬਣਨਾ ਸੀਗਾ ਪੰਜਾਬ ਦੇ ਪਾਣੀ ਜਿਹੜੇ ਆ ਉਹਨਾਂ ਦਾ ਹੱਕ ਲੈਣਾ ਸੀਗਾ ਪੰਜਾਬ ਦੇ ਵਿੱਚ ਜੇ ਪਾਣੀ ਦਾ ਸੰਕਟ ਹੈ ਉਹਨੂੰ ਹੱਲ ਕਰਨਾ ਹੈਗਾ ਤੁਸੀਂ ਤਾਂ ਪੰਜਾਬ ਤੋਂ ਪਾਣੀ ਹੋਰ ਤੇਜ਼ੀ ਨਾਲ ਬਾਹਰ ਕੱਢਣ ਵਾਸਤੇ ਪੈਸਾ ਖਰਚ ਰਹੇ ਆ ਇਹ ਸਵਾਲ ਜਿਹੜਾ ਔਲ ਦਿਨਾਂ ਵਿੱਚ ਜ਼ਰੂਰ ਚੱਕਿਆ ਜਾਊਗਾ ਇੱਥੇ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਅਗਿਆਬਖਸ਼ੋ ਕੱਲ ਨੂੰ ਹੋਰ ਗੱਲਬਾਤ ਹੋਰ ਜਾਣਕਾਰੀ ਲੈ ਕੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ